ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੇ ਆਸ਼ਾ ਵਰਕਰਾਂ ਨੂੰ ਬੀਮਾ ਯੋਜਨਾ ਨੂੰ ਦੋ ਗੁਣਾ ਕੀਤਾ ਜਾਏ। ਕੇਂਦਰ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਮੁਫਤ ਬੀਮਾ ਯੋਜਨਾ ਦਿੱਤੀ ਜਾਏਗੀ। ਇਹਨਾਂ ਯੋਜਨਾਵਾਂ ਲਈ ਹੁਣ ਉਹਨਾਂ ਨੂੰ ਇੱਕ ਵੀ ਪ੍ਰੀਮੀਅਮ ਖਰਚ ਨਹੀਂ ਕਰਨਾ ਪਏਗਾ, ਜਿਸ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਇਸ ਤੋਂ ਇਲਾਵਾ ਆਂਗਨਵਾੜੀ ਵਰਕਰਾਂ ਨੂੰ ਸੁਗਾਰ ਦੇਣ ਦਾ ਵੀ ਫੈਸਲਾ ਕੀਤਾ ਗਿਆ। ਕੇਂਦਰ ਸਰਕਾਰ ਦੀ ਤਰਫ ਸੇ ਜੋ ਪ੍ਰੋਤਸਾਹਨ ਰਾਸ਼ੀ ਮਿਲਤੀ ਹੈ, ਵੋ ਆਪ ਆਜ ਜੋ ਮਿਲਤੀ ਹੈ उसको डबल करने का, दो गुणा करने का हमने फैसला लिया है।